ਜੇਕਰ ਆਪ ਹਮਾਰੇ ਚੈਨਲ ਪਰ ਨਵੇਂ ਹੈ ਤਾਂ ਚੈਨਲ ਕੋ ਸਬਸਕ੍ਰਾਈਬ ਕਰ ਲਿਜੀਏ ਔਰ ਬੈਲ ਆਈਕਨ ਪਰ ਕਲਿਕ ਕਰਕੇ ਨੋਟੀਫਿਕੇਸ਼ਨਸ ਕੋ ਔਨ ਕਰ ਲਿਜੀਏ ਫੋਰ ਫਿਊਚਰ ਅਪਡੇਟਸ ਕੇ ਲੀਏ ਹੈਲੋ ਫਰੈਂਡਸ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਪੰਜਾਬੀ ਐਡੀਸ਼ਨਲ ਐਗਜ਼ਾਮ ਦੇ ਬਾਰੇ ਸੋ ਕਾਫੀ ਬੱਚਿਆਂ ਨੇ ਪੰਜਾਬੀ ਐਡੀਸ਼ਨਲ ਦਾ ਐਗਜ਼ਾਮ ਫਿਲ ਕੀਤਾ ਸੀ ਮਿੰਟੂ ਸੇ ਕਿ ਪਹਿਲੇ ਤਾਂ ਅਸਲ ਪੰਜਾਬੀ ਐਡੀਸ਼ਨਲ ਐਗਜ਼ਾਮ ਇਸ ਲਈ ਹੁੰਦਾ ਹੈ ਕਿ ਅਗਰ ਕਿਸੇ ਬੱਚੇ ਨੇ 10th ਵਿੱਚ ਪੰਜਾਬੀ ਪਾਸ ਨਹੀਂ ਕੀਤੀ ਹੈ ਅਗਰ ਉਹਨਾਂ ਨੇ ਪੰਜਾਬ ਦੇ ਵਿੱਚ ਜੌਬ ਕਰਨੀ ਹੈ ਕਿਸੇ ਵੀ ਆਪਣੇ ਪੰਜਾਬ ਦੇ ਰਿਕਰੂਟਮੈਂਟ ਨਿਕਲਦੀ ਆ ਉਹਦੇ ਵਿੱਚ ਜੌਬ ਕਰਨੀ ਤਾਂ ਉਹਦੇ ਲਈ ਪੰਜਾਬੀ ਪਾਸ ਹੋਣਾ 10th ਲੈਵਲ 'ਤੇ ਜ਼ਰੂਰੀ ਹੈ ਸੋ ਉਹਦੇ ਲਈ ਐਗਜ਼ਾਮ ਹੁੰਦਾ ਹੈ ਸੋ ਕਾਫੀ ਬੱਚਿਆਂ ਨੇ ਜੁਲਾਈ ਵਿੱਚ ਫਿਲ ਕੀਤਾ ਸੀ ਅਤੇ ਕਾਫੀ ਆਨੇ ਉਸ ਤੋਂ ਬਾਅਦ ਵੀ ਫਿਲ ਕੀਤਾ ਸੀ ਜਿਹੜਾ ਅਗਸਵੇ ਨਿਕਲਿਆ ਸੀ ਉਹਦਾ ਜਿਹੜਾ ਐਗਜ਼ਾਮ ਹੈ ਹਾਲੇ ਤੱਕ ਨਹੀਂ ਹੈ ਕਾਫੀ ਬੱਚਿਆਂ ਦਾ ਕੁਐਸਚਨ ਆ ਰਹੇ ਆ ਡਾਊਟਸ ਆ ਰਹੇ ਆ ਕਿਉਰੀਜ਼ ਆ ਰਹੇ ਆ ਕਿ ਸਰ ਇਹਦਾ ਜਿਹੜਾ ਐਗਜ਼ਾਮ ਹੈ ਉਹ ਕਦੋਂ ਹੋਊਗਾ ਸਾਨੂੰ ਦੱਸੋ ਦੇਖੋ ਫਰੈਂਡਸ ਇਹਨਾਂ ਦੇ ਪਰੀਵੀਅਸ ਨੋਟਿਸ ਨਿਕਲੇ ਆ ਉਹਦੇ ਵਿੱਚ ਇਹਨਾਂ ਨੇ ਦੱਸਿਆ ਸੀ ਕਿ ਜਦੋਂ ਵੀ ਤੁਹਾਡਾ ਪੰਜਾਬੀ ਐਡੀਸ਼ਨਲ ਦਾ ਐਗਜ਼ਾਮ ਹੋਊਗਾ ਤੁਹਾਨੂੰ ਆ ਆਪਾਂ 15 ਦਿਨ ਪਹਿਲੇ ਠੀਕ ਹੈ ਜੀ ਦੱਸ ਦੇਣਾ ਕਿ ਈਨੀ ਤਰੀਕ ਨੂੰ ਤੁਹਾਡਾ ਐਗਜ਼ਾਮ ਹੈ ਮੀਨ ਟੂ ਸੇ ਕਿ ਬੋਰਡ ਦਾ ਇੱਕ ਆਫੀਸ਼ੀਅਲ ਅਪਡੇਟ ਆਊਗਾ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਜਦੋਂ ਵੀ ਅਪਡੇਟ ਆਊਗਾ ਉਹ ਮੈਂ ਆਪਣੇ ਆਫੀਸ਼ੀਅਲ ਜਿਹੜਾ ਸਾਡਾ ਟੈਲੀਗ੍ਰam ਗਰੁੱਪ ਹੈ ਪਲੱਸ WhatsApp ਗਰੁੱਪ ਆ ਦੇ ਵਿੱਚ ਮੈਂ ਅਪਲੋਡ ਕਰ ਦੂੰਗਾ ਬੜਾ PDF ਪਲੱਸ ਇੱਕ ਵੀਡੀਓ ਟਿਊਟੋਰੀਅਲ ਅਪਲੋਡ ਕਰ ਦੂੰਗਾ ਜਿਹਦੇ ਵਿੱਚ ਮੈਂ ਤੁਹਾਨੂੰ ਦੱਸੂੰਗਾ ਕਿ ਤੁਸੀਂ ਆਪਣੇ ਐਡਮਿਟ ਕਾਰਡਸ ਵਗੈਰਾ ਕਿਵੇਂ ਡਾਊਨਲੋਡ ਕਰਨੇ ਹਨ ਅਤੇ ਜਿਹੜਾ ਤੁਹਾਡਾ ਐਗਜ਼ਾਮ ਵਗੈਰਾ ਇਨਕਲੂਡਿੰਗ ਪੰਜਾਬ ਅਤੇ ਅਦਰ ਸਟੇਟ ਵਾਲੇ ਕੈਂ ਸੋ ਜਦੋਂ ਵੀ ਤੁਹਾਡਾ ਐਗਜ਼ਾਮ ਹੋਣਾ ਮੇਰੇ ਅਕੋਰਡਿੰਗ ਹੁਣ ਤੁਹਾਡਾ ਐਗਜ਼ਾਮ ਹੈ ਅਕਤੂਬਰ ਵਿੱਚ ਹੋਣਾ ਹੈ ਕਰੋਨਾ ਵਗੈਰਾ ਸਭ ਸਾਰਾ ਕੁਝ ਖਤਮ ਹੋ ਗਿਆ ਪਿਆ ਤੁਹਾਨੂੰ ਵੀ ਪਤਾ ਹੈ ਸਭ ਕੁਝ ਓਪਨ ਹੈ ਜਦੋਂ ਤੱਕ ਕਲੈਕਸ਼ਨ ਨਹੀਂ ਆਉਂਦੇ ਤਦੋਂ ਤੱਕ ਸਭ ਓਪਨ ਹੀ ਰਹਿਣਾ ਹੈ ਤਾਂ ਆਈ ਹੋਪ ਕਿ ਜਲਦੀ ਤੋਂ ਜਲਦੀ ਬੋਰਡ ਐਗਜ਼ਾਮ ਲੈ ਲੂਗਾ ਫਿਲਹਾਲ ਬੋਰਡ ਵੱਲੋਂ ਹਲੇ ਕੋਈ ਵੀ ਅਪਡੇਟ ਨਹੀਂ ਆਈ ਹੈ ਅਫੀਸ਼ੀਅਲੀ ਅਫੀਸ਼ੀਅਲੀ ਅਪਡੇਟ ਮੇਰੇ ਅਕੋਰਡਿੰਗ ਅਕਤੂਬਰ ਵਿੱਚ ਆਜੂਗੇ ਇਸ ਲਈ ਤੁਸੀਂ ਐਗਜ਼ਾਮ ਦੀ ਪ੍ਰੈਪਰੇਸ਼ਨ ਫੁੱਲ ਰੱਖੋ ਤਾਂ ਬਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਪਲੱਸ 니ਡੀ ਫਰੈਂਡਸ ਨਾਲ ਸ਼ੇਅਰ ਕਰੋ ਸੋ ਦੈਟ ਮੈਂ ਤੁਹਾਡਾ ਨਾਲ ਸ਼ੇਅਰ ਕੀਤੀ ਹੈ ਇਹ ਤੁਹਾਡੇ ਬਾਕੀ ਫਰੈਂਡਸ ਅਕ ਵੀ ਪੁੱਛ ਸਕੇ ਸੋ ਫਰੈਂਡਸ ਵੀਡੀਓ ਨੂੰ ਜ਼ਰੂਰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੋਰ ਫਿਊਚਰ ਅਪਡੇਟਸ